WhatsApp ਵਾਲਿਆਂ ਨੇ ਕੱਢ ਦਿੱਤਾ ਇੱਕ ਨਵਾਂ ਫੰਕਸ਼ਨ, ਹੁਣ ਗਰੁੱਪਾਂ ਵਿੱਚ ਆ ਕੰਮ ਕਰਨ ਵਾਲਿਆਂ ਦੀ ਨਹੀਂ ਹੋਵੇਗੀ ਖੈਰ। ਸ਼ਾਇਦ ਹੀ ਕੋਈ ਹਫ਼ਤਾ ਬੀਤਿਆ ਹੋਵੇ ਜਦੋਂ WhatsApp ਦੇ ਨਵੇਂ ਅਪਡੇਟ ਜਾਂ ਵਿਸ਼ੇਸ਼ਤਾਵਾਂ ਦੇ ਵੇਰਵੇ ਉਪਲਬਧ ਨਾ ਹੋਣ। ਪਲੇਟਫਾਰਮ ਆਪਣੇ ਆਪ ਨੂੰ ਸੁਧਾਰਨ ਦੇ ਲਈ ਲਗਾਤਾਰ ਕੰਮ ਕਰ ਰਿਹਾ ਹੈ, ਪਰ ਹੁਣ ਇੱਕ ਨਵਾਂ ਜਿਹੜਾ ਫੰਕਸ਼ਨ ਐਂਡਰੋਇਡ ਦੇ ਵਿੱਚ ਉਹ ਸ਼ੁਰੂ ਕਰਨ ਜਾ ਰਿਹਾ ਹੈ। ਇਸ ਫੀਚਰ ਦਾ ਨਾਂ ਐਡਮਿਨ ਰਿਵਿਊ ਹੈ। ਇਸ ਫੀਚਰ ਦੇ ਤਹਿਤ ਗਰੁੱਪ ਐਡਮਿਨ ਨੂੰ ਆਪਣੇ ਗਰੁੱਪ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਦੇ ਲਈ ਮਦਦ ਕੀਤੀ ਜਾਵੇਗੀ। ਇਸ ਨਵੇਂ ਫੀਚਰ ਵਿੱਚ ਐਡਮਿਨ ਦੇ ਕੋਲ ਹੋਰ ਜ਼ਿਆਦਾ ਪਾਵਰ ਆਵੇਗੀ, ਇੱਕ ਨਵੀਂ ਤਾਕਤ ਮਿਲੇਗੀ। ਆਓ ਜਾਣਦੇ ਹਾਂ ਇਸ ਨਵੇਂ ਫੀਚਰ ਬਾਰੇ। ਤਾਜ਼ਾ ਰਿਪੋਰਟ ਦੇ ਅਨੁਸਾਰ ਜਦੋਂ ਐਡਮਿਨ ਰਿਵਿਊ ਫੀਚਰ ਇਨੇਬਲ ਹੁੰਦਾ ਹੈ ਤਾਂ ਗਰੁੱਪ ਮੈਂਬਰ ਐਡਮਿਨ ਨੂੰ ਇੱਕ ਖਾਸ ਸੰਦੇਸ਼ ਦੀ ਰਿਪੋਰਟ ਦੇ ਯੋਗ ਹੋਣਗੇ। ਸਰਲ ਸ਼ਬਦਾਂ ਵਿੱਚ ਕਹੀਏ, ਜੇਕਰ ਗਰੁੱਪ ਵਿੱਚ ਕੋਈ ਅਜਿਹਾ ਮੈਸੇਜ ਆਉਂਦਾ ਹੈ ਜੋ ਤੁਹਾਨੂੰ ਪਸੰਦ ਨਹੀਂ ਹੈ ਤਾਂ ਉਸ ਮੈਸੇਜ ਦੀ ਰਿਪੋਰਟ ਐਡਮਿਨ ਨੂੰ ਕਰ ਸਕੋਗੇ। ਇੱਕ ਵਾਰ ਰਿਪੋਰਟ ਕੀਤੇ ਜਾਣ 'ਤੇ ਗਰੁੱਪ ਐਡਮਿਨ ਉਸ ਸੰਦੇਸ਼ 'ਤੇ ਕਾਰਵਾਈ ਕਰਨ ਦੇ ਯੋਗ ਹੋਵੇਗਾ। ਹੁਣ ਐਕਸ਼ਨ ਦੇ ਤੌਰ 'ਤੇ ਐਡਮਿਨ ਮੈਸੇਜ ਨੂੰ ਡਿਲੀਟ ਵੀ ਕਰ ਸਕਦਾ ਹੈ ਅਤੇ ਮੈਸੇਜ ਭੇਜਣ ਵਾਲੇ ਵਿਅਕਤੀ ਨੂੰ ਗਰੁੱਪ ਤੋਂ ਹਟਾ ਵੀ ਸਕਦਾ ਹੈ। ਇਸ ਨਾਲ ਗਰੁੱਪ ਵਿੱਚ ਵਧੀਆ ਮਾਹੌਲ ਬਣਿਆ ਰਹੇਗਾ ਅਤੇ ਕੋਈ ਵੀ ਅਫਵਾਹਾਂ ਨਹੀਂ ਫੈਲਣਗੀਆਂ। ਕਿਵੇਂ ਦਾ ਲੱਗਿਆ WhatsApp ਦਾ ਇਹ ਨਵਾਂ ਫੀਚਰ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਹੋਰ ਅਪਡੇਟਸ ਲਈ ਦੇਖਦੇ ਰਹੋ ਦਾ ਸਿਟੀ ਹੈਡਲਾਈਨ।